ਘਰ ਦੇ ਨਿਕਲੇ ਉਹਦੇ ਵਿੱਚ ਕੇ ਹੁੰਦੇ ਟਰਾਕੇ ਸਾਰੇ ਕੰਮ ਦਾ ਹੋਦਾ ਬਿਆਸੀ ਦਾ ਬਣਿਆ ਜੀ ਚਰਚ ਹੈ ਬਿਆਸੀ ਦਾ ਬਣਿਆ ਚਰਚ ਤਾਂ ਹਾਲੇ ਤੱਕ ਦੇਖ ਲਓ ਕਿੰਨੀ ਸੋਹਣੀ ਬਿਲਡਿੰਗ ਬਣੀ ਹੋਈ
ਇਹ ਸਟੈਚੂ ਲਾਹੌਰ ਹੁੰਦਾ ਸੀਗਾ ਜੀ ਜਦੋਂ 1947 ਦੀ ਵੰਡ ਹੋਈ ਆ ਇਹ ਉੱਥੋਂ ਸਟੈਚੂ ਪੱਟ ਕੇ ਅਤੇ ਇੱਥੇ ਸ਼ਿਮਲੇ ਲੈ ਆਉਂਦਾ ਸੀ ਕਿ ਪੰਜਾਬ ਦੀ ਰਾਜਧਾਨੀ ਉਹ ਸ਼ਿਮਲਾ ਸੀ ਜੀ ਸ਼ਿਮਲੇ ਦਾ ਮਾਲ ਰੋਡ ਇਹਨੂੰ ਰਿਜ ਵੀ ਕਹਿ ਦਿੰਦੇ ਆ ਸਾਰਾ ਅੰਗਰੇਜ਼ਾਂ ਨੇ ਆਪਣੇ ਸਮਰ ਵਕੇਸ਼ਨ ਲਈ ਗਰਮੀਆਂ ਦੀਆਂ ਛੁੱਟੀਆਂ ਲਈ ਇੱਥੇ ਹਸਪੀਟਲ ਬਣਾਇਆ ਸੀ ਇਹ ਆ ਜੀ ਸ਼ਿਮਲੇ ਦਾ ਮਾਲ ਰੋਡ ਦਾ ਚਰਚ ਆ ਜੀ ਨਾਲੇ ਲਾਇਬ੍ਰੇਰੀ ਆ ਤਾਂ ਆਹ ਸਾਰਾ ਮਾਲ ਰੋਡ ਗੱਲ ਕਰਨੀ ਨਾ
ਸ਼ਿਮਲੇ ਦਾ ਪੁਰਾਣਾ ਲੱਕੜ ਬਾਜ਼ਾਰ ਜੀ ਸ਼ਿਮਲੇ ਦਾ ਪੁਰਾਣਾ ਲੱਕੜ ਬਾਜ਼ਾਰ ਪੁਰਾਣੇ ਸ਼ਿਮਲੇ ਦਾ ਪੁਰਾਣਾ ਲੱਕੜ ਬਾਜ਼ਾਰ ਹੈ ਅਤੇ ਸਾਰੀਆਂ ਚੀਜ਼ਾਂ ਲੱਕੜ ਦੀਆਂ ਮਿਲਦੀਆਂ ਆ ਗਿਆ ਮੈਂ ਵੀ
ਬਾਕੀ